ਅਚਾ ਉਸ ਸੀਨ ਦੇ ਵਿੱਚ ਨਰਗਸ ਸਾਹਿਬਾ ਵੀ ਤਸ਼ਰੀਫ ਲੈ ਆਏ ਉਹਨਾਂ ਨਾਲ ਵੀ ਤੁਸੀਂ ਉੱਥੇ ਡਰਾਮੇ ਕੀਤੇ ਬੱਬੂ ਬਰਾਬਰ ਸਾਹਿਬ ਜੀ ਉਹ ਇੱਕ ਟਾਈਮ ਗੁਜ਼ਰਿਆ ਉਹ ਟਾਈਮ ਉਹ 10 ਸਾਲ 11 ਸਾਲ ਦੇ ਪ੍ਰਾਈਵੇਟ تھیਟਰਸ ਦੇ ਵਿੱਚ ਉਹ ਡਰਾਮਾ ਸ਼ੁਰੂ ਹੋ ਗਏ ਜਦੋਂ ਅਸੀਂ ਉੱਥੇ ਆ ਜਾਂਦੇ ਹਾਂ ਜੀ ਜੀ ਉਸ ਬਾਅਦ ਨਰਗਸ ਸਾਹਿਬਾ ਦੇ ਨਾਲ ਤੁਹਾਡੀ ਟੀਮ ਇੱਕ ਬਣੀ ਜੀ ਕੰਬੀਨੇਸ਼ਨ ਬਣੇ ਇੱਕ ਕੇਮਿਸਟਰੀ ਰਲੀ ਜੀ ਜੀ ਔਰ ਰਟਾ ਦੇ ਦੋਵਾਂ ਦੇ ਡਰਾਮੇ ਬਹੁਤ ਜ਼ਿਆਦਾ ਕਮ ਯਾਨੀ ਕਿ ਤੁਹਾਡਾ ਰੋਲ ਮਤਲਬ ਨਰਗਿਸ ਔਰ ਮੇਰਾ ਜਿਹੜਾ ਸੀ ਨਾ ਡਰਾਮਾ ਕਾਮਯਾਬੀ ਦਾ ਸਮਝੋ ਕਿ علامه ਸਮਝੀ ਜਾਂਦੀ ਸੀ ਕਿਉਂਕਿ ਲੋਕ ਮੈਨੂੰ ਔਰ ਨਰਗਿਸ ਨੂੰ ਖਾਸ ਤੌਰ ਤੇ ਜਿਹੜਾ ਉਹ ਚੌਧਰੀ ਹਨੀਫ ਦਾ ਕੁੱਕੜ ਉਸ ਤੋਂ ਬਾਅਦ ਕਿਉਂਕਿ ਉਸ ਤੋਂ ਪਹਿਲਾਂ ਨਰਗਿਸ ਸਾਹਿਬ ਨਾਲ ਕੰਮ ਤੇ ਮੈਂ ਕੀਤਾ ਸੀ ਅਲ ਹਮਰਾ ਲੇਕਿਨ ਉਦੋਂ ਮਤਲਬ ਇਸ ਤਰ੍ਹਾਂ ਨਹੀਂ ਸੀ ਉਹ ਲਮਰਾ ਦਾ ਚੋਕੇ ਇੱਕ ਲਮਰਾ ਦਾ ਇੱਕ ਹੋਰ ਸਿਸਟਮ ਸੀ ਉੱਥੇ ਨਾ ਕੋਈ ਡਾਂਸ ਇਸ ਤਰ੍ਹਾਂ ਦਾ ਹੋ ਸਕਦਾ ਸੀ ਔਰ ਨਾ ਉੱਥੇ ਕੋਈ ਅਸੀਂ ਕਿਹਾ ਕਿ ਮੈਂ ਸ਼ਾਰਟ ਕਰ ਕਰਦਾ ਕਿ ਫਿਰ ਪ੍ਰਾਈਵੇਟ ਥੀਏਟਰ ਆਏ ਫਿਰ ਜਿਹੜਾ ਡਰਾਮਾ ਨਰਗਸ ਸਾਹਿਬ ਕੈਨੇਡਾ ਤੋਂ ਵਾਪਸ ਆ ਕੇ ਦੁਬਾਰਾ ਜੁਆਇਨ ਕੀਤਾ ਔਰ ਮੈਂ ਇਸ ਟੀਮ ਦਾ ਹਿੱਸਾ ਸਾਂ ਤੇ ਡਰਾਮਾ ਮਿਰਜ਼ਾ ਰਸ਼ੀਦ ਅਫਤਰ ਸਾਹਿਬ ਡਾਇਰੈਕਟਰ ਸਨ ਔਰ ਟੀਮ ਬੜੀ ਸੋਬਰ ਔਰ ਖੂਬਸੂਰਤ ਟੀਮ ਸੀ ਜਿਹਦੇ ਵਿੱਚ ਵਸੀਮ ਅਬਾਸ ਸਾਹਿਬ ਸਨ ਰੈਂਬੋ ਸਾਹਿਬ ਸਨ ਅਨਵਰ ਅਲੀ ਸਾਹਿਬ ਸਨ ਮੈਂ ਸਾਂ ਸਫਦਰ ਸ਼ਾਹ ਸਾਹਿਬ ਸਨ ਨਰਗਸ ਸਾਹਿਬਾ اور ਨਾਸਰ ਬਾਟ ਸਾਹਿਬ ਅਸੀਂ ਤੁਹਾਡੇ ਕੋਲ ਮੈਂ ਪੁੱਛਣਾ ਚਾ ਰਹੇ ਹਾਂ ਕਿ ਹਨੀਫ ਦਾ ਕੁੱਕੜ ਜਿਹੜਾ ਤੁਸੀਂ ਰੋਲ ਕੀਤਾ ਉਹਦਾ ਦੱਸੋ ਕਿ ਕਿਸ ਤਰ੍ਹਾਂ ਕਨਸਿਵ ਹੋਇਆ ਕਿਸ ਤਰ੍ਹਾਂ ਮੈਂ ਬਿਲਕੁਲ ਇਹੀ ਤੁਹਾਨੂੰ ਦੱਸਾਂਗਾ ਜੀ ਐਸ ਆਰ ਵੀ ਟੀਮ ਤੁਹਾਨੂੰ ਦੱਸੀਏ ਇਸ 드라마 ਦੀ ਧੀਆਂ ਰਾਣੀਆਂ 드라마 ਦਾ ਨਾਮ ਸੀ ਔਰ ਨਰਗਸ ਦਾ ਨਾਮ ਦਾ ਮਤਲਬ ਇਹ ਸੀ ਕਿ ਹੌਲ ਪੈਕ ਬਿਲਕੁਲ ਸਹੀ ਠੀਕ ਮੈਂ ਉਹਦੇ ਵਿੱਚ ਮਿਰਜ਼ਾ ਰਸ਼ੀਦ ਅਕਤਰ ਸਾਹਿਬ ਡਾਇਰੈਕਟਰ ਸਨ ਮੈਨੂੰ ਉਹਨਾਂ ਨੇ ਦੋ ਇੰਟਰੀਆਂ ਦਾ ਇੱਕ ਰੋਲ ਦਿੱਤਾ ਸੀ ਡਰਾਮਾ ਸ਼ੁਰੂ ਹੋਇਆ ਤੀਆਂ ਰਾਣੀਆਂ ਡਰਾਮੇ ਦਾ ਨਾਮ ਸੀ ਡਰਾਮਾ ਓਵਰਪੈਕ ਔਰ ਡਰਾਮਾ ਬੁਰੀ ਤਰ੍ਹਾਂ ਹੂਟ ਹੋਇਆ ਪਹਿਲੇ ਦਿਨ ਉਸ ਦੌਰ ਦੀ ਪਬਲਿਕ ਜਿਹੜੀ ਉਹ ਕਹਿ ਦੇਣੀ ਹੁੰਦੀ ਸੀ ਕਿ ਕੀ ਕਰ ਰਿਹਾ ਉਦੋਂ ਐਸਾ ਹੁੰਦਾ ਸੀ ਬੜਾ ਖਤਰਨਾਕ ਕੰਮ ਹੁੰਦਾ ਸੀ ਉਹ ਡਰਾਮਾ ਬੜਾ ਹੂਟ ਹੋਇਆ ਡਰਾਮਾ ਜਦੋਂ ਹੂਟ ਹੋਇਆ ਤੇ ਡਰਾਮੇ ਤੋਂ ਬਾਅਦ ਸਾਰੀ ਟੀਮ ਔਰ ਨਰਗਸ ਵੀ ਕਿਹਾ ਕਿ ਕੀ ਹੋਇਆ ਡਰਾਮਾ ਹੂਟ ਹੋ ਗਿਆ ਸਾਰੇ ਆਪਣਾ ਆਪਣਾ ਮਤਲਬ ਮੈਂ ਖੰਸੋਚਨ ਲੱਗ ਪਿਆ ਮਿਰਜ਼ਾ ਅਰਸ਼ੀ ਤੇ ਸਭ ਪ੍ਰੈਨ ਉਹ ਦੂਸਰਾ ਦਿਨ ਹੋਇਆ ਦੂਸਰੇ ਦਿਨ ਫਿਰ ਡਰਾਮਾ ਬੜਾ ਆਊਟ ਹੋਇਆ ਫਿਰ ਨਹੀਂ ਡਰਾਮਾ ਹੱਥ ਆਇਆ ਨਰਗਸ ਨੇ ਮੈਨੂੰ ਬੁਲਾਇਆ ਉਹਨੇ ਕਿਹਾ ਤਾਹਰਾ ਡਰਾਮੇ ਦਾ ਕੁਝ ਕਰ ਮੈਂ ਉਹ ਚੋਰੀ ਨਹੀਂ ਦਾ ਕੁੱਕੜ ਰੋਲ ਨਹੀਂ ਸਾਂ ਕਰ ਰਿਹਾ ਉਸ ਦਾ ਮੈਂ ਕੋਈ ਹੋਰ ਇੰਟਰੀਆਂ ਕਰ ਰਿਹਾ ਹੋਰ ਇੰਟਰੀ ਕਰ ਰਿਹਾ ਮੈਂ ਕਿਹਾ ਮੈਂ ਕੀ ਕਰਾਂ ਮੈਂ ਕਿਹਾ ਮੈਂ ਜਿਹੜੀਆਂ ਦੋ ਇੰਟਰੀਆਂ ਕਰ ਰਿਹਾ ਮੇਰਾ ਲਫਟਰ ਲੁਫਟਰ ਸਾਰਾ ਕੁਝ ਠੀਕ ਹੈ ਮੈਂ ਕਿਹਾ ਤੁਸੀਂ ਜਿਹੜੇ ਮੇਨ ਰੋਲ ਕਰ ਰਹੇ ਨੇ ਵਸੀਮ ਅਬਾਸ ਸਾਹਿਬ ਨੇ ਰੈਂਬੋ ਸਾਹਿਬ ਨੇ ਇਹਨਾਂ ਨੂੰ ਕਹੋ ਅਨਵਰ ਅਲੀ ਸਾਹਿਬ ਨੂੰ लाफ्टर क्लबਾਂ ਲੈਣ ਮੈਂ ਤੇ ਆਪਣਾ ਕੰਮ ਠੀਕ ਕਰ ਰਿਹਾ ਹਾਂ ਨਹੀਂ ਨਹੀਂ ਤੂੰ ਕੁਝ ਕਰ ਮਿਹਰਬਾਨੀ ਤੇਰੀ ਕੁਝ ਫੇਰੂ ਅਗਲੇ ਦਿਨ ਡਰਾਮਾ ਬੜਾ ਹੂਟ ਹੋਇਆ ਮੈਨੂੰ ਇਹਨਾਂ ਨੇ ਫਿਰਨਾ ਮਤਲਬ ਨਰਗਿਸ ਸਾਹਿਬਾ ਇਹਨਾਂ ਦੀ والدہ ਇਹਨਾਂ ਸਾਰਿਆਂ ਨੇ ਮੈਨੂੰ ਬਿਠਾ ਕੇ ਕਿ ਤੂੰ ਕੁਝ ਕਰ ਮੈਂ ਜ਼ਰਾ ਮੈਨੂੰ ਸਮਝਦੇ ਸਨ ਕਿ ਸ਼ਾਇਦ ਇਹ ਠੀਕ ਹੈ ਕਾਮੇਡੀ ਨੇ ਨਵੀਂ ਜਨਰੇਸ਼ਨ ਨਾਲ ਕੰਮ ਕਰ ਰਹੇ ਨੇ ਮੈਂ ਫਿਰ ਉੱਥੇ ਜਿਹੜਾ ਨਾ ਬੜਾ ਪਰੇਸ਼ਾਨ ਹੋਇਆ ਮੈਂ ਫਿਰ ਅਕਮਲ ਰਾਏ ਸਾਹਿਬ ਨੂੰ ਫੋਨ ਕੀਤਾ ਹੂੰ ਮੈਂ ਰਾਈ ਸਭ ਨੂੰ ਕਹਾਂ ਐਪ ਸਿਚੁਏਸ਼ਨ ਬਣ ਗਈ ਹੈ ਮਾਮਲਾ ਤੇ ਕੀ ਕਰਾਂ ਉਹਨੇ ਕਿ ਯਾਰ ਇੱਕ ਆਈਡੀਆ ਹੈ ਰੋਲ ਹੈ ਜੇ ਤੂੰ ਪਿਕ ਕਰ ਸਕਦਾ ਫੋਨ ਤੇ ਸੁਣ ਲੈ ਮੈਂ ਕਿਹ ਦੱਸੋ ਉਹਨੇ ਫਿਰ ਕਿਹਾ ਕਹਿੰਨ ਇਹਨੂੰ ਕੋਕੜ ਇੱਕ ਮਗਾ ਇਹ ਕਹੇ ਮੈਨੂੰ ਇੱਕ ਦੋ ਬਿੱਟਾਂ ਦੱਸਿ ਰੋਲ ਮੈਨੂੰ ਸਮਝ ਆ ਗਿਆ ਮੈਂ ਨਰਗਿਸ ਨੂੰ ਗਿਆ ਮੈਂ ਕਿ ਜੀ ਕੋਕੜ ਜਿਹੜਾ ਨਾ ਮਗਾ ਉਹਨਾਂ ਕੁੱਕੜ ਕੋ ਇੱਕ ਤੂ ਰੋਲ ਨਹੀਂ ਠੀਕ ਕਰਿਆ ਉਤੋਂ ਕੁੱਕੜ ਮੰਗਾ ਲਈ ਕੁੱਕੜ ਉਹਨਾਂ ਕਾ ਖਾਣਾ ਕੁੱਕੜ ਮਾਓ ਫੇਰ ਮੈਂ ਰੋਲ ਆ ਜਾ ਮੈਂਗਾ ਉਹ ਮੈਂ ਰੋਲ ਕਰਨਾ ਹੈ ਹਾਂ ਉਹਨਾਂ ਕੀ ਸ਼ਾਹ ਹਾਂ ਮਾਮੂ ਮਾਮੂ ਨਰਗਿਸਤਾਨ ਨਕੀਸ਼ਾ ਨੇ ਕੁੱਕੜ ਲਿਆ ਹਾਂ ਕੈਂਡਾ ਹੁੰਦੇ ਨੇ ਮੇਰੇ ਫੋਨ ਤੇ ਗੱਲ ਹੁੰਦੀ ਹੈ ਨਾਲ ਨਕੀਸ਼ਾ ਸੈਦ ਬਾਦਸ਼ਾਹ ਲੱਕੀ ਹੱਥਾਂ ਦੇ ਨਾਲ ਹੀ ਨਕੀਸ਼ਾ ਨੇ ਕੁੱਕੜ ਲਿਆ ਮੈਂ ਧੋਤੀ ਗੁਰਦਾ ਬਣ ਕੇ ਬਣਿਆ ਬਾ ਮੈਂ ਸ਼ੁਰੂ ਕੀਤਾ ਰੋਲ ਤੇ ਬਸ ਡਰਾਮਾ ਛੱਤ ਨਾਲ ਸਭ ਫਿਰ ਇੱਕ ਦਿਨ ਦੇ ਵਿੱਚ ਹੀ ਉਹ ਡਰਾਮਾ ਇਤਨਾ ਕੁ ਹਾਈਲਾਈਟ ਕਿ ਮੈਂ ਲੱਸ ਨਹੀਂ ਸਕਦਾ ਕਿ ਜਦੋਂ ਡਰਾਮਾ ਖਤਮ ਹੁੰਦਾ ਸੀ ਤੇ ਹਜ਼ਾਰ ਬੰਦਾ ਜੇ ਹਾਲ ਵਿੱਚ ਬੈਠਾ ਹੁੰਦਾ ਸੀ ਤੇ 300 ਬੰਦਾ ਬੈਕ ਸਟੇਜ ਆਲ ਖਲੋਤਾ ਹੁੰਦਾ ਸੀ ਸਿਰਫ ਮੈਨੂੰ ਮਿਲਣ ਆਸਤੇ ਕਿ ਯਾਰ ਉਸ ਮੁੰਡੇ ਨੂੰ ਮਲਾਉ ਜਣਾ ਚੌਰੀ ਨਹੀਂ ਦਾ ਕੰਟਰੋਲ ਕੀਤਾ ਪਰ ਉਸ ਤੋਂ ਬਾਅਦ ਜਦੋਂ ਵੀਡੀਓ ਆਇਆ ਉਹਨੇ ਵੀ ਰਿਕਾਰਡ ਤੁਹਾਡੇ ਸਾਹਮਣੇ ਕਰ ਪੂਰੀ ਦੁਨੀਆ ਦੇ ਵਿੱਚ ਮੇਰੀ ਪਹਿਚਾਨ ਫਿਰ ਉਹ ਚੌਧਰੀ ਨਹੀਂ ਖਾ ਕੋ ਅੱਛਾ ਉਹ ਚੌਧਰੀ ਨਹੀਂ ਇਫਦਾ ਕੁੱਕੜ ਜਿਹੜਾ ਉਹ ਬਿੱਟਾ ਫਿਰ ਉਹ ਸੈੱਟ ਤੇ ਹੀ ਬਣੀਆਂ ਸਾਦੀਆਂ ਸਾਰਾ ਕੁਝ ਔਨ ਸਟੇਜ ਔਨ ਸਟੇਜ ਬਣਿਆ ਉਹ ਗੱਲਾਵਨ ਨਰਗਿਸ ਸਾਹਿਬ ਉਹਨਾਂ ਨਾਲ ਖੇਡਦੇ ਹੋਏ ਹਾਂ ਹੋ ਸਾਰਾ ਕੁਝ ਫਿਰ ਤੁਹਾਨੂੰ ਪਤਾ ਕਿ ਇੱਕ ਨਰਗਿਸ ਇੱਕ ਮਤਲਬ ਕੈਸੀ ਫਨਕਾਰਾ ਹੈ ਕੀ ਬਾਤ ਕਿ ਉਸੇ ਉਸੇ ਮਤਲਬ ਐਸੀ ਬੋਲ ਕਰਾਣੀ ਐਸਾ ਕਿਉਂ ਦੇਣਾ ਉਹ ਉਸ ਔਰਤ ਤੇ ਖਤਮ ਨਾ ਲੱਗੇ ਜੈਸੀ ਫਨਕਾਰਾ ਬਸ ਅੱਲਾਹ ਪਾਕ ਖੈਰ ਕਰੇ ਵਾਕਈ ਇੱਕ ਬਹੁਤ ਆਲਾ ਫਨਕਾਰਾ ਜੀ ਜੀ ਉਹਨ ਵੀ ਅੱਲਾਹ ਪਾਕ ਉਹਨਾਂ ਨੂੰ ਜ਼ਿੰਦਗੀ ਦਾ ਅੰਦਰੁਸਤੀ ਦੇਵੇ ਔਰ ਔਰ ਮੈਂ ਉਹਨਾਂ ਦੇ ਬਾਰੇ ਯਕੀਨ ਕਰੋ ਮੇਰੀ رائے ਵੇ ਕਿ ਇਹ ਉਹਨਾਂ ਦਾ ਜ਼ਾਤੀ ਖਿਆਲ ਹੈ ਪਤਾ ਨਹੀਂ ਮੈਂ ਗਲਤ ਕਹਿ ਰਿਹਾ ਜਾਂ ਸਹੀ ਕਹਿ ਰਿਹਾ ਅੱਜ ਵੀ ਨਰਗਸ ਦੁਬਾਰਾ ਪਰਫਾਰਮ ਕਰ ਰਹੇ ਤੇ ਉਂਝ ਹੀ ਅਰੂਜ ਨਾਲ ਆਵੇ ਹਾਂ ਉਹਦੀ ਵਜ੍ਹਾ ਪਤਾ ਹੈ ਕਿ ਦੇਖੋ ਸੀ ਇਕੱਠਿਆਂ ਕੰਮ ਬੜਾ ਕੀਤਾ ਹੈ ਬਾਰ ਵੀ ਇਥੇ ਵੀ ਉਹਦੇ ਵਿੱਚ ਨਿਕ ਜਲੂਨ ਹੈ ਕੰਮ ਦਾ ਜੀ ਜੀ ਦੋ ਮੈਂ ਇੱਕ ਐਸੇ ਵਾਕਿਆਤ ਵੇਖੇ ਇੱਕ ਵਾਰੀ ਅਸੀਂ ਸਾ ਗ੍ਰੀਕ ਦੇ ਵਿੱਚ ਸ਼ੋਅ ਕਰ ਰਹੇ ਸੀ ਔਰ ਉਸ تھیਟਰ ਚ ਕਰ ਰਹੇ ਸੀ ਜਿੱਥੇ ਪਹਿਲੀ ਵਾਰੀ ਡਰਾਮਾ ਹੋਇਆ ਸੀ ਯੂਨਾਨ ਦੇ ਵਿੱਚ ਪੁਰਾਣੀ ਤاریخੀ ਉਹ ਡਰਾਮਾ ਤਰੀਕ ਸਾਜ਼ ਉਹ تھیਟਰ ਦੇ ਜੀ ਜਿੱਥੇ ਅਸੀਂ ਡਰਾਮਾ ਕਰਨ ਗਏ ਸੀ ਔਰ ਬੜਾ ਛੋਟਾ ਜਿਹਾ ਹਾਲ ਲੋਰ ਟ੍ਰਿਪੀਕਲ ਔਰ ਬਕਾਇਦਾ ਇੱਕ تھیਟਰ ਬਣਿਆ ਉਥੇ ਨਰਗਜ਼ਾਬ سامنے ਖਲੋਤੇ ਨੇ ਐਂਟਰੀ ਦੇ ਉੱਤੇ ਤੇ ਮੈਸਾ ਐਸ ਵਿੰਗ ਦੇ ਵਿੱਚ ਉੱਥੇ ਨਾ ਕੁਝ ਗੱਤੇ ਨਾ ਪਿੱਲਰ ਬਣੇ ਸੰਜੇ ਜਿਹੜੇ ਕੋ ਸੈੱਟ ਦੇ ਚਲ ਉਥੋਂ ਇੱਕ ਪਿੱਲਰ ਜਿਹੜਾ ਨਾ ਵੈਸੀ ਰੱਖਿਆ ਸੀ ਸਾਲ ਉਹਨਾਂ ਨੇ ਉਹ ਕਿਧਰੇ ਵਿੰਗ ਦੇ ਵਿੱਚ ਪਿਆ ਸੀ ਉਹ ਮੈਂ ਦੇਖਦੇ ਆ ਤੇ ਪਿੱਲਰ ਨਾਲ ਜੇ ਕੋਈ ਕੋਲੋਂ ਲੰਗੇ ਤੇ ਪਿੱਲਰ गिर ਗਿਆ ਉਹ ਮੂਵ ਕਰਕੇ ਆ ਤੇ ਮੈਂ ਆਵਾਜ਼ ਵੀ ਦਿੱਤੀ ਮੇਰੇ ਗਜ਼ਾਲਾ ਤੇ ਐਨੀ ਦੇਰ ਚ ਪਿੱਲਰ ਗਜ਼ਾਲਾ ਦੇ ਸਿਰ ਦੇ ਵਿੱਚ ਸਿੱਧਾ ਆ ਗਿਆ ਔਰ ਬਿਲਕੁਲ ਐਂਟਰੀ ਦੇ ਉੱਤੇ ਐਂਟਰੀ ਆਨ ਆਲ ਯੂ ਤਿਆਰ ਹੋ ਜੀ ਸਾਹਿਬ ਉਹ ਵੱਜਾ ਤੇ ਮੈਂ ਤੇ ਨਸ ਕੇ ਉਧਰੋਂ ਦੀ ਮੈਂ ਗਿਆ ਮੈਂ ਉਧਰ ਗਿਆ ਤੇ ਉਹ ਐਂ ਨਹੀਂ ਹੋਈ ਉਹ ਬਾਲ ਇੱਕ ਫਿਕਰ ਜੀ ਕੋ ਮੈਂ ਤੇ ਵੱਜਦਾ ਵੇਖਿਆ ਉਹ ਪਿੱਲਰ ਲੇਕਿਨ ਉਹ ਸੱਲਾ ਦੀ ਬੰਦੀ ਨੇ ਯਕੀਨ ਨਾ ਖਾ ਕੇ ਨੇ ਰਾਹ ਆ ਗਿਆ ਉਹਨਾਂ ਉਹਨੇ ਜੱਜ ਨਹੀਂ ਹੋਣ ਦਿੱਤਾ ਉਹਨੇ ਪਰਫਾਰਮ ਕੀਤਾ ਬਾਅਦ ਖੈਰ ਜੋ ਵੀ ਇੱਕ ਮਸਲਾ ਬਣਿਆ ਇਹ ਕਹਿ ਵਾਕਿਆ ਇੱਕ ਅਸੀਂ ਜਿਵੇਂ ਗਲਾਸਕੋ ਕਰ ਰਹੇ ਗਲਾਸਕੋ ਸਟੇਜ ਦੇ ਉੱਤੇ ਸਾਹਮਣੇ ਨਾ ਉਹ ਮਾਈਕ ਲੱਗਣ ਦੀ ਜਗ੍ਹਾ ਹੁੰਦੀ ਹੈ ਨਾ ਜਿਹੜੀ ਛੋਟੇ-ਛੋਟੇ ਸਟੇਜ ਦੇ ਵਿੱਚ ਉਹਦੇ ਉੱਤੇ ਪਤਰੀ ਲਗਾ ਦਿੰਦੇ ਨੇ ਪਤਲ ਦੀ ਪਤਰੀ ਗਈ ਹੈ ਤੇ ਉਹ ਮਾਈਕ ਨਹੀਂ ਸੀ ਲੱਗੇ ਤੇ ਪਤਲ ਦੀ ਪਤਰੀ ਉੱਤੇ ਗਈ ਹੈ ਥੱਲੇ ਉਹਦੇ ਕਨੈਕਸ਼ਨ ਹੈਗੇ ਨੇ ਇੱਕਦੇ ਡਾਂਸ ਪਰਫਾਰਮ ਕਰਦੇ ਮੈਂ ਤਾਂ ਸੈਟ ਤੇ ਆ ਤੇ ਨਰਗਿਸ ਸਾਹਿਬਾ ਸਾਡੇ ਤੇ ਨਾ ਦਾ ਮੈਂਡਲ ਮੈਡਲ ਹੁੰਦਾ ਸੀ ਤੇ ਇੱਕ ਲੰਬੀ ਪਰਫਾਰਮੈਂਸ ਸੀ ਉਹ 15 ਮਿੰਟ ਦੀ ਡਾਂਸ ਦੀ ਉਹ ਕਿਧਰੇ ਨਾ ਮੈਮ ਸਟੇਜ ਤੇ ਖੜੋਤਾ ਮੈਂ ਦੇਖ ਰਿਹਾ ਕਿ ਸਟੇਜ ਉੱਤੇ ਖੂਨ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਿੰਦੀ ਮੈਨੂੰ ਪਤਾ ਹੈ ਉਸ ਹੰਨੇ ਪਤਰੀ ਨਿਕਲੀ ਉਹ ਮੇਰੇ ਵੱਜ ਗਈ ਐ ਜਿਹੜਾ ਪੈਰ ਦਾ ਪੱਬ ਹੁੰਦਾ ਨਾ ਉਹਦੇ ਇਹ ਇਹ ਉਂਗਲੀਆਂ ਤੇ ਇਹ ਇਥੇ ਉਹ ਐਨੀ ਫਿਰ ਗਈ ਸੀ ਔਰ ਇੰਨਾ ਡੂੰ ਪਾਰ ਸੀ ਉਹ ਬੰਦੀ ਨਹੀਂ ਰੁਕੀ ਕਿਉਂਕਿ ਪਬਲਿਕ ਕਮਿਟਮੈਂਟ ਹੈ ਮੈਂ جنੂਨ ਦੀ ਗੱਲ ਕਰਦੇ ਹਾਂ ਉਹਨੇ ਪੂਰਾ ਉਸੇ ਜ਼ੋਰ ਦੇ ਨਾਲ ਪਰਫਾਰਮੈਂਸ ਕੀਤੀ ਔਰ ਪਰਫਾਰਮੈਂਸ ਕਰਦੇ ਕਿ ਉਹ ਬਾਹਰ ਆਈਏ ਤੇ ਸਟੇਜ ਵੀ ਖੂਨ ਨਾਲ ਉਹਨੇ ਨਰਗਿਸ ਸਾਹਿਬ ਨੇ ਮੈਨੂੰ ਕਿਹਾ ਕਿ ਕੋਈ ਵੀ ਜੈਸਚਰ ਐਸਾ ਨਾ ਦੇਣਾ ਕਿ ਪਬਲਿਕ ਨੂੰ ਨਾ ਪਤਾ ਲੱਗ ਜਵੇ ਬਸ ਈਜ਼ੀ ਹੋ ਜੂ ਮੈਂ ਬਰਦਾਸ਼ਤ ਕਰ ਰਹੀ ਹਾਂ ਪਰਫਾਰਮੈਂਸ ਹੁੰਦੀ ਹੋ ਫਿਰ ਬਾਰਾਂ ਦੇ ਸ੍ਰੀਚਿੰਗ ਗਣਾਂ ਨੇ ਐਸੀ ਫਨਕਾਰਾ ਦਾ ਕੋਈ ਮੁਕਾਬਲਾ ਹੋ ਸਕਦਾ ਨਹੀਂ ਇਸ ਕਰਕੇ ਉਹ ਇੱਕ ਵਾਕਈ ਜਰੂਨੀ ਫਨਕਾਰਾ ਹੈ ਔਰ ਕੰਮ ਦੀ ਬੜੀ ਲਗਨ ਨੇ ਤੇ ਇਹ ਕੰਮ ਮੈਂ ਜਨੂੰਨ ਦਾ ਇਸ ਕਰਕੇ ਉਹਨੂੰ ਕੋਈ ਛੂ ਵੀ ਨਹੀਂ ਸਕਦਾ ਉਹ ਉਹਦੇ ਫਨ ਅੱਛਾ ਹੈ ਮੈਨੂੰ ਸਮਝਣਾ ਕਿ ਮੇਰਾ ਐਨਆਰਐਸ ਸਟੇਜ ਦੇ ਉੱਤੇ ਸੜੀਆਂ ਫਨਕਾਰਾਂ ਵਾਂ ਸਨ ਬਹੁਤ ਅੱਛੀਆਂ ਆ ਅੱਲਾ ਪਾਕ ਉਹਨਾਂ ਨੂੰ ਜ਼ਿੰਦਗੀ ਤੰਦਰੁਸਤੀ ਦੇਵੇ ਕੋਈ ਦੁਨੀਆ ਤੋਂ ਚਲੇ ਗਏ ਲੇਕਿਨ ਮੇਰੀ ਮੌਜੂਦਗੀ ਨਰਗਸ ਸਾਹਿਬ ਇੱਕ ਐਸੀ ਫਨਕਾਰਾ ਦੇਖੇ ਨੇ ਕਿ ਜਿੰਨਾ ਦਾ ਕੋਈ ਜਵਾਬ ਠੀਕ ਹੈ ਬਿਲਕੁਲ ਠੀਕ ਹੈ ਐਜ਼ੇ ਕਿਰਦਾਰ ਵੀ ਐਜ਼ੇ ਫਨਕਾਰਾ